मन चल आनंदपुर नू तुर चलिए, मन चल आनंदपुर नू तुर चलिए, चलिए मन चल आनंदपुर नू तुर चलिए, चल आनंदपुर नू तुर चलिए, आनंदपुर नू तुर चलिए, चल आनंदपुर नू तुर चलिए, किते मिल जे वाजा वाला, मिल जे वाजा वाला, चल आनंदपुर नू तुर चलिए, चल आनंदपुर नू तुर चलिए, मिल जे वाजा वाला, चल आनंदपुर नू तुर चलिए, चल आनंदपुर नू तुर चलिए, किते मिल जे वाजा वाला, मिल जे प्रीतम प्यारा, चल आनंदपुर नू तुर चलिए, चल आनंदपुर नू तुर चलिए, मिल जे वाजा वाला, चल आनंदपुर नू तुर चलिए, चल आनंदपुर नू तुर चलिए, दोहे जाने पति पत्नी सोहना और मोहना आनंदपुर साहब की धरती ते पहुंचे, सतगुरां दा दरबार सजिया। कहिंदे जदों दरबार दे विच गए हुण घट घट के अंतर की जानत, दिलां दियां जानण वाले ज्यों ही कहिंदे हुण इह दरबार विच दाखल होण लगे ते वाजां वाले पातशाह फिर दरबार चों उठ के अंदर चले गए। आखो सतनाम बोले सोनिहा श्री अकाल, वाजां वाले पातशाह फिर उठ के अंदर चले गए, बड़े नाराश हो गए, बड़े उदास हो गए, की कीता जाए, किस तरीके दे नाल मालक नूं रजाया जाए। कहिंदे साध संगत सोहना और मोहना जिथे राग विद्या दे बड़े माहर सन, साज वजाउण दे बड़े माहर सन ना, ਉੱਥੇ ਕਹਿੰਦੇ ਫੁੱਲਾਂ ਨੂੰ ਪਾਲਣ ਦਾ ਇਹਨਾਂ ਨੂੰ ਤਰੀਕਾ ਬੜਾ ਸੀ। ਘਰ ਦੇ ਵਿੱਚ ਵੀ ਬੜੇ ਫੁੱਲਾਂ ਦੀ ਪਾਲਣਾ ਕਰਦੇ ਸਨ ਤੇ ਸਤਿਗੁਰਾਂ ਦੇ ਬਾਗਾਂ ਵਿੱਚ ਚਲੇ ਗਏ ਤੇ ਬਾਗਾਂ ਦਾ ਜਿਹੜਾ ਮਾਲੀ ਸੀ ਉਹਦਾ ਨਾਂ ਹੈ ਕੇਸਰਾ ਸਿੰਘ, ਜਾ ਕੇ ਉਹਨਾਂ ਨੂੰ ਮਿਲੇ, ਕਹਿਣ ਲੱਗੇ ਸਾਨੂੰ ਇਹਨਾਂ ਬਾਗਾਂ ਦੇ ਵਿੱਚ ਸੇਵਾ ਦੇ ਦਿਓ, ਅਸੀਂ ਫੁੱਲਾਂ ਦੀ ਪਾਲਣਾ ਕਰਾਂਗੇ। ਕਹਿਣ ਲੱਗੇ ਕੀ ਮਾਇਆ ਲਓਗੇ? ਕਹਿਣ ਲੱਗੇ ਅਸੀਂ ਮਾਇਆ ਕੋਈ ਨਹੀਂ ਲੈਣੀ। ਅਸੀਂ ਮਾਇਆ ਕੋਈ ਨਹੀਂ ਲੈਣੀ, ਅਸੀਂ ਤੇ ਸੇਵਾ ਕਰਨੀ ਹੈ। ਕਹਿੰਦੇ ਰੋਜ਼ ਫੁੱਲਾਂ ਨੂੰ ਪਾਣੀ ਦੇਣਾ, ਗੋਡੀ ਕਰਨੀ, ਬੜੇ ਸੋਹਣੇ ਫੁੱਲ ਤਿਆਰ ਹੋ ਗਏ। ਸੋ ਬੱਚਾ ਭਾਈ ਕਿਸੇ ਦਾ ਉਹ ਸ਼ਾਇਦ ਆਪਣੇ ਮਾਤਾ ਪਿਤਾ ਤੋਂ ਵਿਛੜ ਗਿਆ, ਧਿਆਨ ਦਿਓ ਬੱਚਾ ਰੋ ਰਿਹਾ ਹੈ। ਜ਼ਰੂਰਾ ਸਟੇਜ ਦੇ ਲਾਗੇ ਆ ਕੇ ਕੋਈ ਧਿਆਨ ਦਿਓ, ਬੀਬੀਆਂ ਵੀਰ ਮੇਰੇ ਕਿਸ ਦਾ ਬੱਚਾ ਕੋਲ ਨਹੀਂ।
ਕਹਿੰਦੇ ਫੁੱਲਾਂ ਦੀ ਪਾਲਣਾ ਕਰਦੇ ਨੇ, ਫੁੱਲਾਂ ਨੂੰ ਬੜਾ ਸੋਹਣਾ ਪਾਲ ਰਹੇ ਨੇ। ਤੇ ਮਾਤਾ ਜੀਤਾਂ ਜੀ ਰੋਜ਼ ਇੱਕ ਫੁੱਲਾਂ ਦਾ ਹਾਰ ਅੰਮ੍ਰਿਤ ਵੇਲੇ ਉੱਠ ਕੇ ਬਾਜਾਂ ਵਾਲੇ ਪਾਤਸ਼ਾਹ ਦੇ ਗਲ ਵਿੱਚ ਪਾਇਆ ਕਰਦੇ ਸਨ। ਉਸ ਤੋਂ ਬਾਅਦ ਉਹਨਾਂ ਦਾ ਧਿਆਨ ਧਰ ਕੇ ਸਿਮਰਨ ਵਿੱਚ ਜੁੜਿਆ ਕਰਦੇ ਸਨ ਤੇ ਉਹ ਹਾਰ ਪਰੋ ਕੇ ਰੋਜ਼ ਮਾਲੀ ਕੇਸਰਾ ਸਿੰਘ ਦੇ ਕੇ ਆਉਂਦਾ ਸੀ ਮਾਤਾ ਜੀਤਾਂ ਜੀ ਨੂੰ। ਸਾਧ ਸੰਗਤ ਤੇ ਮਾਤਾ ਜੀਤਾਂ ਜੀ ਇੱਕ ਦਿਨ ਮਾਲੀ ਕੇਸਰਾ ਸਿੰਘ ਨੂੰ ਕਹਿਣ ਲੱਗੀ, ਕੇਸਰਾ ਸਿਉਂ ਹੁਣ ਫੁੱਲ ਬੜੇ ਸੋਹਣੇ ਲੈ ਕੇ ਆਉਣਾ, ਤੂੰ ਬੜੇ ਸੋਹਣੇ ਫੁੱਲ ਤਿਆਰ ਕੀਤੇ ਨੇ। ਉਹ ਕਹਿਣ ਲੱਗਾ, ਮਾਤਾ ਜੀ ਇਹ ਫੁੱਲਾਂ ਦੀ ਪਾਲਣਾ ਮੈਂ ਨਹੀਂ ਕਰ ਰਿਹਾ, ਰਾਏਪੁਰ ਤੋਂ ਦੋ ਪਤੀ ਔਰ ਪਤਨੀ ਸੋਹਿਨਾ ਤੇ ਮੋਹਿਨਾ, ਪਤਾ ਨਹੀਂ ਕਾਰਨ ਕੀ ਹੈ, ਪਤਾ ਨਹੀਂ ਇਹਦੇ ਵਿੱਚ ਰਾਜ ਕੀ ਹੈ। ਉਹ ਵਾਜਾਂ ਵਾਲੇ ਪਾਤਸ਼ਾਹ ਦੇ ਦਦਾਰਾਂ ਵਾਸਤੇ ਆਏ ਨੇ ਪਰ ਮਹਾਰਾਜ ਉਹਨਾਂ ਨੂੰ ਦਰਸ਼ਨ ਨਹੀਂ ਦੇ ਰਹੇ ਤੇ ਉਹ ਸੇਵਾ ਕਰ ਰਹੇ ਨੇ, ਫੁੱਲਾਂ ਦੀ ਪਾਲਣਾ ਕਰ ਰਹੇ ਨੇ ਕਿ ਸ਼ਾਇਦ ਸਤਿਗੁਰੂ ਖੁਸ਼ ਹੋ ਕੇ ਸਾਨੂੰ ਦੀਦਾਰ ਦੇ ਦੇਣ, ਦਰਸ਼ਨ ਦੇ ਦੇਣ। ਕਹਿੰਦੇ ਜਦੋਂ ਮਾਤਾ ਜੀਤਾਂ ਜੀ ਨੇ ਸੁਣਿਆ ਨਾ ਜਦੋਂ ਮਾਤਾ ਜੀਤਾਂ ਜੀ ਨੇ ਸੁਣਿਆ ਵੀ ਇੱਦਾਂ ਦੋ ਪਤੀ ਪਤਨੀ ਆਏ ਨੇ ਫੁੱਲਾਂ ਦੀ ਪਾਲਣਾ ਕਰ ਰਹੇ ਨੇ ਔਰ ਵਾਜਾਂ ਵਾਲੇ ਪਾਤਸ਼ਾਹ ਉਹਨਾਂ ਨੂੰ ਦੀਦਾਰ ਨਹੀਂ ਦੇ ਰਹੇ, ਕਹਿੰਦੇ ਉਹਨਾਂ ਦੇ ਮਨ ਵਿੱਚ ਵੀ ਦਰਸ਼ਨਾਂ ਦੀ ਖਿੱਚ ਪੈਦਾ ਹੋ ਗਈ। ਭਾਈ ਇਹ ਬੱਚੀ ਦਾ ਨਾਂ ਆ ਗਏ ਨੇ ਮਾਤਾ ਜੀ, ਕਹਿੰਦੇ ਮਾਤਾ ਜੀਤਾਂ ਜੀ ਨੇ ਜਦੋਂ ਉਹਨਾਂ ਦੋਹਾਂ ਦੇ ਬਾਰੇ ਸੁਣਿਆ ਵੀ ਸਾਰਾ ਕੁਝ ਵੇਚ ਕੇ ਆਪਣਾ ਵਾਜਾਂ ਵਾਲੇ ਪਾਤਸ਼ਾਹ ਦੇ ਦੀਦਾਰ ਕਰਨ ਵਾਸਤੇ ਆਏ ਨੇ ਔਰ ਸਤਿਗੁਰੂ ਉਹਨਾਂ ਨੂੰ ਦੀਦਾਰ ਨਹੀਂ ਦੇ ਰਹੇ, ਜੇ ਉਹ ਸੇਵਾ ਕਰ ਰਹੇ ਨੇ ਉਹ ਵੀ ਨਿਸ਼ਕਾਮ, ਕੋਈ ਮਾਇਆ ਨਹੀਂ ਲੈ ਰਹੇ। ਕਹਿੰਦੇ ਮਾਤਾ ਜੀਤਾਂ ਜੀ ਦੇ ਮਨ ਵਿੱਚ ਵੀ ਉਹਨਾਂ ਨੂੰ ਮਿਲਣ ਦੀ ਤਾਂਗ ਪੈਦਾ ਹੋ ਗਈ, ਖਿੱਚ ਪੈਦਾ ਹੋ ਗਈ। ਕਹਿੰਦੇ ਜਦੋਂ ਅੰਮ੍ਰਿਤ ਵੇਲਾ ਹੋਇਆ ਮਾਲੀ ਕੇਸਰਾ ਸਿੰਘ ਫੁੱਲਾਂ ਦਾ ਹਾਰ ਪਰੋ ਕੇ ਮਾਤਾ ਜੀਤਾਂ ਜੀ ਨੂੰ ਫੜਾਇਆ ਨਾ ਤੇ ਮਾਤਾ ਜੀਤਾਂ ਜੀ ਵਾਜਾਂ ਵਾਲੇ ਪਾਤਸ਼ਾਹ ਦੇ ਗਲ ਵਿੱਚ ਹਾਰ ਪਾਉਣ ਲੱਗੇ, ਨਾਲੇ ਤੇ ਮਾਤਾ ਜੀਤਾਂ ਜੀ ਨੇ ਕਹਿੰਦੇ ਹਾਰ ਪਾ ਦਿੱਤਾ ਸਤਿਗੁਰਾਂ ਦੇ ਤੇ ਨਾਲੇ ਵਾਜਾਂ ਵਾਲੇ ਪਾਤਸ਼ਾਹ ਨੂੰ ਪੁੱਛਦੇ ਨੇ, ਸਤਿਗੁਰੂ ਤੁਸੀਂ ਜਾਣੀ ਜਾਣੋ ਦੋ ਪਤੀ ਪਤਨੀ ਜਿਨ੍ਹਾਂ ਦਾ ਨਾਮ ਹੈ ਸੁਣਿਆ ਸੋਹਿਨਾ ਤੇ ਮੋਹਿਨਾ ਹੈ, ਉਹ ਤੁਹਾਡੇ ਦੀਦਾਰ ਵਾਸਤੇ ਆਏ ਹੋਏ ਨੇ, ਉਹਨਾਂ ਨੇ ਸਾਰਾ ਕੁਝ ਆਪਣਾ ਵੇਚ ਦਿੱਤਾ ਮਹਾਰਾਜ, ਉਹ ਇੰਨੇ ਪ੍ਰੇਮ ਵਿੱਚ ਇੰਨੀ ਭਾਵਨਾ ਵਿੱਚ ਇੱਥੇ ਰਹਿ ਰਹੇ ਨੇ, ਤੁਸੀਂ ਉਹਨਾਂ ਨੂੰ ਦਰਸ਼ਨ ਕਿਉਂ ਨਹੀਂ ਦੇ ਰਹੇ, ਪੁੱਛ ਰਹੇ ਨੇ। ਦੱਸੋ ਪਾਤਸ਼ਾਹ ਜੀ ਤੁਸਾਂ ਮੁਖ ਕਾ ਤੋਂ ਮੋੜਿਆ, 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 ਹਾਂ
दसो बादशाह जी दसा मुख पाता मोड़िया 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 सतगुरु कहन लगे जी तां मैं की करा मेरा सिख पानी तो बिना तड़फ रहा सी पानी मंगिया मिन्तां तरले कीते इन्हां दे भी पानी भी घुट पिला दिओ इन्हां ने पानी नहीं पिलाया पानी दी प्यास तो प्यास के बदले पानी दी प्यास करके मेरा सिख तड़फदा तड़फदा प्राण त्याग गया प्राण त्याग गया मेरे सिख दे मुख पानी ना नचोड़िया मेरे सिख दे मुख पानी ना नचोड़िया मेरे सिख दे मुख पानी ना नचोड़िया मेरे सिख दे मुख पानी ना नचोड़िया